ਪ੍ਰੋਗਰਾਮ ਤਾਰੇ ਆਖਦੇ ਨੇ ਦੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੇ ਪਿਆਰੇ ਦਰਸ਼ਕੋ ਆਪਾਂ ਰੁਦਰਾਕਸ਼ ਦੀ ਗੱਲ ਕਰਦੇ ਹਾਂ ਤਾਂ ਪੁਰਾਣੇ ਸਮੇਂ ਤੋਂ ਹੀ ਰਿਸ਼ੀ ਮੁਨੀਆਂ ਦੇ ਦੁਆਰਾ ਰੁਦਰਾਕਸ਼ ਬਹੁਤ ਸਾਰੇ ਇਲਾਜ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀਗੇ ਸੋ ਰੁਦਰਾਕਸ਼ ਦੀ ਮਾਲਾ ਆਪਣੇ ਆਪ ਦੇ ਵਿੱਚ ਹੀ ਇਨਸਾਨ ਦੀ ਰੱਖਿਆ ਕਰਦੀ ਹੈ ਉਹਨੂੰ ਰੋਗਾਂ ਤੋਂ ਬਚਾਉਣ ਵਾਲੀ ਮੰਨੀ ਜਾਂਦੀ ਹੈ ਛੋਟੇ ਮਨਕਿਆਂ ਦੀ ਰੁਦਰਾਕਸ਼ ਦੀ ਮਾਲਾ ਹਰ ਸਮੇਂ ਕੱਪੜਿਆਂ ਦੇ ਨੀਚੇ ਜੇ ਹਾਰਟ ਦੇ ਕੋਲ ਪਾਈ ਜਾਵੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਰੋਗਾਂ ਦਾ ਨਾਸ਼ ਕਰਦੀ ਹੈ ਹਰ ਇਨਸਾਨ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਖਾਸ ਤੌਰ 'ਤੇ ਹਾਈ ਬੀ ਪੀ ਦੇ ਮਰੀਜ਼ ਤਾਂ ਜ਼ਰੂਰ ਹੀ ਇਸ ਮਾਲਾ ਨੂੰ ਧਾਰਨ ਕਰਨ ਇਹ ਮਾਲਾ ਜਿਹੜੇ ਮੈਂਟਲ ਬੈਲੈਂਸ ਨੂੰ ਬਣਾ ਕੇ ਰੱਖਦੀ ਹੈ ਜਿਹਦੇ ਨਾਲ ਜਿਹੜਾ ਖੂਨ ਦਾ ਸੰਚਾਰ ਹੈਗਾ ਉਹ ਪ੍ਰੋਪਰ ਚੱਲਦਾ ਰਹਿੰਦਾ ਹੈ ਸੋ ਮਨ ਦੇ ਰੋਗੀਆਂ ਦੇ ਲਈ ਦੋ ਮੁਖੀ ਰੁਦਰਾਕਸ਼ ਵੀ ਕਾਰਗਰ ਸਾਬਤ ਹੋ ਸਕਦਾ ਹੈ ਇਸੇ ਤਰੀਕੇ ਦੇ ਨਾਲ ਮਿਰਗੀ ਹਿਸਟੀਰੀਆ ਸੋ ਸਵੇਤ ਪ੍ਰਦਰ ਰੋਗ ਜਿਹੜਾ ਹੈ ਉਹਦੇ ਵਿੱਚ ਵੀ ਰੁਦਰਾਕਸ਼ ਬਹੁਤ ਵਧੀਆ ਹੈ ਜੇ ਛੇ ਮੁਖੀ ਰੁਦਰਾਕਸ਼ ਨੂੰ ਧਾਰਨ ਕਰਦੇ ਹਾਂ ਤਾਂ ਰੋਗੀ ਨੂੰ ਜ਼ਰੂਰੀ ਲਾਭ ਹੁੰਦਾ ਹੈ ਸਿਰਫ 350 ਤੋਂ ਰੁਦਰਾਕਸ਼ ਸ਼ੁਰੂ ਹੁੰਦਾ ਹੈ ਇਹਨੂੰ ਜ਼ਰੂਰ ਪਾਲਣਾ ਚਾਹੀਦਾ ਹੈ ਸੋ ਹੁਣ ਗੱਲ ਕਰਦੇ ਹਾਂ ਰਤਨਾਂ ਦੇ ਬਾਰੇ ਕਿ ਆਪਾਂ ਦੋ ਜਾਂ ਜ਼ਿਆਦਾ ਰਤਨ ਪਾ ਸਕਦੇ ਹਾਂ ਇਕੱਠੇ ਕਿ ਨਹੀਂ ਪਾ ਸਕਦੇ ਕਈ ਵਾਰੀ ਕੀ ਹੁੰਦਾ ਕਿ ਦੋ ਰਤਨ ਜਿਹੜੇ ਆ ਉਹ ਵਿਰੋਧੀ ਗ੍ਰਹਿ ਜਿਹੜੇ ਆ ਉਹਨਾਂ ਦੇ ਰਤਨ ਆਪਾਂ ਕਦੀ ਨਹੀਂ ਪਾ ਸਕਦੇ ਕਿਉਂਕਿ ਉਹ ਹਮੇਸ਼ਾ ਆਪਾਂ ਨੂੰ ਧਾਰਨ ਕਰਨ ਦੇ ਨਾਲ ਨੁਕਸਾਨ ਦਿੰਦੇ ਆ ਐਸੀ ਹਾਲਤ ਦੇ ਵਿੱਚ ਲਾਭ ਦੀ ਬਜਾਏ ਨੁਕਸਾਨ ਹੁੰਦਾ ਦੇਖਿਆ ਗਿਆ ਜਿੱਦਾਂ ਮੋਤੀ ਅਤੇ ਪੀਲਾ ਪੁਖਰਾਜ ਜਿਹੜਾ ਹੈਗਾ ਫਿਰ ਮੋਤੀ ਅਤੇ ਮਾਨਿਕ ਮੂੰਗਾ ਅਤੇ ਮੋਤੀ ਫਿਰ ਪੰਨਾ ਅਤੇ ਨੀਲਮ ਹੀਰਾ ਅਤੇ ਪੰਨਾ ਆਦਿ ਰਤਨ ਜਿਹੜੇ ਇਕੱਠੇ ਅਸੀਂ ਧਾਰਨ ਜ਼ਰੂਰ ਕਰ ਸਕਦੇ ਹਾਂ ਲੇਕਿਨ ਨੀਲਮ ਦੇ ਨਾਲ ਮੋਤੀ ਮਾਨਕ ਦੇ ਨਾਲ ਹੀਰਾ ਅਸੀਂ ਧਾਰਨ ਨਹੀਂ ਕਰ ਸਕਦੇ ਸੋ ਮਾਨਸਿਕ ਸ਼ਾਂਤੀ ਦੇ ਲਈ ਕ੍ਰੋਧ ਦੇ ਲਈ ਅਤੇ ਸ਼ਾਂਤੀ ਦੇ ਲਈ ਅਸੀਂ ਮੋਤੀ ਧਾਰਨ ਕਰਨਾ ਉਚਿਤ ਮੰਨਦੇ ਹਾਂ ਲੇਕਿਨ ਵਰਿਸ਼ ਸਿੰਘ ਤਨੂ ਅਤੇ ਕੁੰਭ ਲਗਨ ਵਾਲੇ ਵਿਅਕਤੀਆਂ ਦੇ ਲਈ ਮੋਤੀ ਧਾਰਨ ਕਰਨਾ ਉਚਿਤ ਨਹੀਂ ਹੋ ਸਕਦਾ ਸੋ ਵੱਖ ਵੱਖ ਲਗਨਾਂ ਦੇ ਵਿੱਚ ਵੀ ਰਤਨ ਕਰ ਧਾਰਨ ਕਰਨ ਦਾ ਕੀ ਫਲ ਹੁੰਦਾ ਇਹਦੇ ਬਾਰੇ ਵੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੇਸ਼ ਲਗਨ ਵਾਲਿਆਂ ਦੇ ਲਈ ਮੇਸ਼ ਲਗਨ ਦੇ ਵਿੱਚ ਜਿਹੜਾ ਹੈ ਲਗਨੇਸ਼ ਮੰਗਲ ਦੇ ਲਈ ਜਿਹੜਾ ਹੈ ਮੂੰਗਾ ਧਾਰਨ ਕਰਨ ਦੇ ਨਾਲ ਸਿਹਤ ਦੇ ਵਿੱਚ ਸੁਧਾਰ ਹੁੰਦਾ ਅਤੇ ਧਨ ਮਾਨ ਸਨਮਾਨ ਸੰਪੱਤੀ ਉਹਦੇ ਵਿੱਚ ਵਾਧਾ ਹੁੰਦਾ ਹੈ ਸੋ ਇਸ ਲਗਨ ਦੇ ਵਿੱਚ ਚੌਥੇ ਚੰਦਰਮਾ ਦੇ ਲਈ ਮੋਤੀ ਧਾਰਨ ਕਰਨਾ ਬੜਾ ਹੀ ਮਹੱਤਵਪੂਰਨ ਰਹਿੰਦਾ ਹੈ ਸੋ ਇਹਦੇ ਨਾਲ ਮਾਨਸਿਕ ਸ਼ਾਂਤੀ ਅਤੇ ਕੰਮ ਦੀ ਕਸ਼ਮਤਾ ਦੇ ਵਿੱਚ ਵਾਧਾ ਹੁੰਦਾ ਹੈ ਮਾਤਾ ਪਿਤਾ ਦੋਨਾਂ ਦੀ ਹੀ ਸਿਹਤ ਅਤੇ ਪਰਿਵਾਰਿਕ ਸੁੱਖਾਂ ਦੇ ਵਿੱਚ ਵਾਧਾ ਹੁੰਦਾ ਹੈ ਮੋਤੀ ਦੇ ਨਾਲ ਧਨ ਸੰਪੱਤੀ ਵੱਧਦੀ ਹੈ ਅਤੇ ਛਾਤੀ ਨਾਲ ਸੰਬੰਧਿਤ ਰੋਗਾਂ ਦੇ ਵਿੱਚ ਮੁਕਤੀ ਮਿਲਦੀ ਹੈ ਸੋ ਬ੍ਰਹਸਪਤੀ ਦੇ ਲਈ ਜਿਹੜਾ ਹੈ ਪੁਖਰਾਜ ਧਾਰਨ ਕਰਨਾ ਭਾਗਿਆ ਦੇ ਲਈ ਅਤੇ ਧਨ ਦੇ ਲਈ ਵਾਧਾ ਕਾਰਕ ਹੁੰਦਾ ਹੈ ਸੋ ਇਸ ਤੋਂ ਇਲਾਵਾ ਹੋਰ ਗ੍ਰਹਿਆਂ ਦੇ ਲਈ ਵੀ ਰਤਨ ਧਾਰਨ ਕੀਤਾ ਜਾ ਸਕਦਾ ਲੇਕਿਨ ਆਮ ਤੌਰ 'ਤੇ ਇਹ ਸਧਾਰਨ ਹੀ ਸਿੱਧ ਹੁੰਦੇ ਦਿਖਾਈ ਦਿੰਦੇ ਆ ਪਿਆਰੇ ਦਰਸ਼ਕੋ ਜਦੋਂ ਵੀ ਆਪਾਂ ਕੋਈ ਰਤਨ ਪਾਉਂਦਾ ਕੁੰਡਲੀ ਜ਼ਰੂਰ ਚੈੱਕ ਕਰਾਉਣੀ ਹੈ ਕਿਉਂਕਿ ਕਈ ਵਾਰੀ ਰਤਨ ਨੁਕਸਾਨ ਵੀ ਦੇ ਦਿੰਦਾ ਹੈ ਜੇ ਕੁੰਡਲੀ ਇੱਕ ਸਿਆਣੇ ਜੋਤਿਸ਼ੀ ਕੋਲ ਚੈੱਕ ਕਰਾਈਏ ਤਾਂ ਕਦੀ ਨੁਕਸਾਨ ਨਹੀਂ ਹੋ ਸਕਦਾ ਗੌਰੀ ਸ਼ੰਕਰ ਰੁਦਰਾਕਸ਼ ਦੀ ਗੱਲ ਕਰਦੇ ਹਾਂ ਇਹ ਰੁਦਰਾਕਸ਼ ਭਗਵਾਨ ਸ਼ਿਵ ਜੀ ਦੇ ਅਰਧ ਨਾਰੇਸ਼ਵਰ ਰੂਪ ਦਾ ਪ੍ਰਤੀਕ ਹੈਗਾ ਜਿਹਨੂੰ ਧਾਰਨ ਕਰਨ ਦੇ ਨਾਲ ਸ਼ਿਵ ਜੀ ਪਾਰਵਤੀ ਜੀ ਹਮੇਸ਼ਾ ਪ੍ਰਸੰਨ ਰਹਿੰਦੇ ਆ ਜਿਸ ਘਰ ਦੇ ਵਿੱਚ ਗੌਰੀ ਸ਼ੰਕਰ ਰੁਦਰਾਕਸ਼ ਦੀ ਪੂਜਾ ਹੁੰਦੀ ਹੈ ਉੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੁੰਦੀ ਗਣੇਸ਼ ਰੁਦਰਾਕਸ਼ ਦੀ ਗੱਲ ਕਰਦੇ ਹਾਂ ਭਗਵਾਨ ਸ਼੍ਰੀ ਗਣੇਸ਼ ਜੀ ਦੇ ਨਾਮ 'ਤੇ ਜਿਹਦਾ ਨਾਮ ਹੈਗਾ ਇਹ ਰਿੱਧੀ ਸਿੱਧੀ ਦਾ ਦਾਤਾ ਹੁੰਦਾ ਸੋ ਜਿਹਦੇ ਕੋਲ ਵੀ ਆਉਂਦਾ ਉਹਦੇ ਭਾਗਿਆ ਨੂੰ ਚਮਕਾ ਦਿੰਦਾ ਹੈ ਇਹਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਵਿਅਕਤੀ ਨੂੰ ਧਨ ਦੇ ਨਾਲ ਸਮਰਿੱਧ ਯਾਨੀ ਕਿ ਖੁਸ਼ਹਾਲ ਬਣਾ ਦਿੰਦਾ ਹੈ ਸੋ ਰੁਦਰਾਕਸ਼ ਪਾਉਣ ਦੇ ਲਈ ਅਸੀਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ ਕਿਉਂਕਿ ਰੁਦਰਾਕਸ਼ ਬਹੁਤ ਜ਼ਿਆਦਾ ਵੈਲਿਊਬਲ ਹੁੰਦੇ ਆ ਅਤੇ ਬਹੁਤ ਅਸਰ ਕਰਦੇ ਆ ਸੋ ਲੇਕਿਨ ਜੋਤਿਸ਼ ਦੇ ਵਿੱਚ ਇੱਕੋ ਚੀਜ਼ ਹੈ ਕਿ ਜਦੋਂ ਤੁਸੀਂ ਇੱਕ ਅੱਛੇ ਅਤੇ ਇੰਟੈਲੀਜੈਂਟ ਜੋਤਿਸ਼ੀ ਨੂੰ ਟੇਵਾ ਦਿਖਾਉਂਦੇ ਹੋ ਉਦੋਂ ਬਾਅਦ ਹੀ ਤੁਹਾਡੀ ਲਾਈਫ ਜਿਹੜੀ ਹੈ ਉਹਦੇ ਗਾਈਡੈਂਸ ਦੇ ਨਾਲ ਉਹਦੇ ਜਿਹੜਾ ਮਾਰਗ ਦਰਸ਼ਨ ਦੇ ਨਾਲ ਉਹਦੇ ਦੱਸੇ ਉਪਾਇਆਂ ਦੇ ਨਾਲ ਨਿਸ਼ਚਿਤ ਰੂਪ 'ਚ ਚੇਂਜ ਹੋ ਜਾਂਦੀ ਹੈ ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ ਵਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ ਸੋ ਪਿਆਰੇ ਦਰਸ਼ਕੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ ਸਾਡਾ ਪਤਾ ਨੋਟ ਕਰ ਲਓ ਅਸਪੋਲੋਜਰ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533 ਜਾਣ ਤੋਂ ਪਹਿਲਾਂ ਇਹੀ ਕਹਾਂਗੇ ਸਭ ਤੋਂ ਵੱਡਾ ਦਰਜਾ ਮਾਂ ਦਾ ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕੇ ਜਾਈਓ ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ ਗੁਰੂ ਜੀ ਨੇ ਦੱਸੇ ਰਸਤੇ 'ਤੇ ਚੱਲਿਓ ਝੂਠ ਨਾ ਬੋਲਿਓ ਕਾਲਾ ਨਾ ਕੱਢਿਓ ਕਿਸੇ ਦਾ ਵੀ ਮਾੜਾ ਨਾ ਕਰਿਓ ਤਕਦੀਰ ਬਹੁਤ ਵਧੀਆ ਹੋਜੂਗੀ ਧੀਆਂ ਨੂੰ ਕੁੱਕਾਂ 'ਚ ਤਾਂ ਮਾਰਿਓ ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਮਨ ਕੱਢ ਕੇ ਨੇਕ ਕੰਮਾਂ 'ਚ ਖਰਚ ਕਰ ਦਿਓ ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਲੇਕਿਨ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਲੇਟੈਸਟ ਅਪਡੇਟਸ ਜ਼ਰੂਰ ਮਿਲਦੇ ਰਹਿਣ ਨਮਸਕਾਰ